नायक फिल्म की तरह कार्रवाई करते हुए निकाय मंत्री नवजोत सिंह सिद्धू की ओर से दो निगम अधिकारियों को सस्पेंड करने की सूचना प्राप्त हुई है। सिद्धू बस स्टैंड की अवैध दुकानें, अवैध कॉलोनियां, अन्य कब्जे देखकर भड़क उठे और निगम अधिकारियों पर जमकर बरसे। अवैध कब्जों के मामले को लेकर निकाय मंत्री आज सबसे पहले जलंधर फवाड़ा हाईवे पर स्थित हवेली रेस्टोरेंट में पहुंचे, जहां निगम के सभी अधिकारियों को तलब किया गया और अवैध कब्जों के संबंध में रिपोर्ट मंगवाई। जहां यह भी गौर हो कि बीते दिनों नवजोत सिंह सिद्धू द्वारा अमृतसर में 5 निगम अधिकारियों को अवैध कब्जों के मामले में सस्पेंड किया गया था, जिसके चलते जलंधर के अन्य मुलाजमों पर भी गाज गिर सकती है। एनकाउंटर न्यूज जलंधर से वरुण अग्रवाल और विष्णु की रिपोर्ट। जिन्ना बोलेगा उन्ने ही तेरे चार्ज बने, झूठ बोल रहे। महीना पहला कि अफसर सी इतने ये दोवे जवाब दे बोली ला दो पंजाब की, शर्म करो कुछ। कोई परमिशन नहीं, कोई CLU नहीं, कोई कागज नहीं। कमर बिल्डिंग मिल बिल्डिंग मैडम बिल्डिंग की हाइट देखो कितनी है। हाइट हाँ ये 100 तो कट हो जाएगा। चल चलो बंदे ने तो हाँ 21 फुट के थे चारे पासे हर वो देखो कि ना चले।
ਕੋਈ ਵੀ ਬਿਲਡਿੰਗ 67 ਫੁੱਟ ਤੋਂ ਉੱਤੇ ਉਹਦੇ 21 ਫੁੱਟ ਚਾਰੇ ਪਾਸੇ ਥਾਂ ਹੋਣੀ ਚਾਹੀਦੀ ਹੈ। ਆਵਾਜ਼ ਮਾਰਦੇ, ਝੂਠ ਮਾਰਦੇ ਆ, ਝੂਠ ਮਾਰਦੇ ਆ, ਡਰਾਮੇ ਕਰਦੇ। ਜਿਹਨੂੰ ਢਾਉਣਾ ਹੁੰਦਾ 3 ਸਕਿੰਟਾਂ ਦੇ ਵੀ ਸਾਰਾ ਕੁਝ ਢਾ ਦਿੰਦੇ ਆ, ਡਰਾਮੇ ਕਰਦੇ ਆ। ਤੇਰੇ ਨਾਂ ਕੀ? ਤੇਰੇ ਸਰ ਮੇਰੇ ਸ਼ਾਮ ਪੈਸੇ ਖਾਂਦੇ। ਨਿਰਮਲ ਜੀ ਨੂੰ ਡਰਾਮੀ ਸਰਕਾਰ ਦੀ। ਨਿਰਮਲ ਜੀ ਵਰਮਾ। ਕਦੋਂ ਅਪਾਇੰਟਮੈਂਟ ਹੋਈ ਤੇਰੀ? ਸਰ 2014 ਚ। 2014? ਹਾਂਜੀ ਸਰ। ਅਗਲੀ ਤੇ ਉਹ ਬਣੇ ਪਿੱਛੇ ਵੇਖਿਆ ਤੂੰ? ਅਮਿਤ ਨੇ ਕੁਝ ਦੇਖ ਲੈ, ਦੇਖਿਆ ਤੇ ਦੇਖ ਲੈ। ਅਸਲੀ ਜਿਹੜੀ ਇਲੀਗਲ ਕੰਸਟਰਕਸ਼ਨ ਉਹ ਆ ਵੀ ਨਹੀਂ ਹੈ। ਕਹਿੰਦਾ ਮੈਂ ਡਿਮੋਲੀਸ਼ਨ ਕੀਤੀ ਆ, ਦੇਖੀ ਡਿਮੋਲੀਸ਼ਨ ਦੋ ਇੱਟਾਂ ਥੱਲੇ ਨੂੰ ਕਰਤੀਆਂ, ਇਹ ਡਿਮੋਲੀਸ਼ਨ ਕੀਤੀ ਹੈ। ਇਹ ਤੁਹਾਡੀ ਟਾਸਕ ਫੋਰਸ ਹੈ? ਇਸ ਦਿਸ ਵਾਟ ਯੂ ਆਰ ਡੂਇੰਗ? ਲਵ ਮਸ਼ੀਨ ਅੱਜ ਤੋਂ ਆਵੇ। ਹੈਲੋ, ਕਿਹਦੇ? ਟੁੱਟ ਕੇ ਦੁਬਾਰਾ ਬਣੀ ਹੈ, ਲੋਕਾਂ ਕੋਲ ਫੋਟੋਆਂ ਨੇ। ਕਿਹਦੇ ਬਾਰੇ? ਤੂੰ ਝੂਠ ਬੋਲਣ ਵੇਲੇ ਸੋਚ ਨਹੀਂ ਰਿਹਾ ਮਿੱਤਰਾ? ਗੋਲ ਮਾਰਕੀਟ ਆ ਜਾ। ਇੱਕ ਮਹੀਨਾ ਪਹਿਲਾਂ ਆਇਆ ਤਾਂ ਕਰ ਰਹੇਗਾ ਨਹੀਂ? ਕਾਰਵਾਈ ਮੈਂ ਕਰੂੰਗਾ ਵਾ। ਹੈਲੋ, ਅੱਗੇ ਲਵਾ ਇਹਨਾਂ ਦੀ ਗੱਡੀ। ਤੁਸੀਂ ਗੱਡੀ ਅੱਗੇ ਲਾਓ, ਗੱਡੀ ਆਪਣੀ ਅੱਗੇ, ਗੱਡੀ ਅੱਗੇ ਲਾ ਦਿਓ। ਫਿਰੀ ਅੱਗੇ ਲਾ ਦਿੰਦਾ ਜੀ। ਅਰੇ
ਸੱਚ ਬੋਲੀ ਮੈਂ ਤੈਨੂੰ ਅੱਜ ਦੱਸੀ ਜਾਂਦਾ ਮੈਂ ਅੱਜ ਡਿਸਪੋਜ਼ਲ ਦੀ ਗੱਲ ਲੋਰੀ ਜਾਂ ਤੇ ਠੀਕ ਹੈ ਜਾਂ ਨਹੀਂ ਹੈ ਜੇ ਤੇਰੀ ਆਵਾਜ਼ ਨਹੀਂ ਨਿਕਲਦੀ ਤੇ ਚੋਰੀ ਦੀਦੀ ਹੈ ਜਾਂ ਤੇ ਆਵਾਜ਼ ਕੱਢ ਇਹਦਾ ਸੀਐਲਯੂ ਹੋਇਆ ਅਗਲੇ ਦਾ ਹੋਇਆ ਪਿਛਲੇ ਦਾ ਹੋਇਆ ਅੰਦਰ ਵਾਲਾ ਸਟਾਰਟ ਤੋਂ ਉੱਤੇ ਇਹ ਘੱਟ ਤੋਂ ਘੱਟ 90 ਤੋਂ 95 ਬਾਰ ਐਕਸਟਰਾ ਪਈ ਹੈ ਉੱਪਰ ਇਹ ਵਾਲੀ ਸਰ ਹੋਰ ਪੈ ਗਈ ਇਹ ਪੈਗੀ ਚੁਣ ਪਏਗਾ ਉਹ ਲੱਗ ਪੈਣਗੇ ਦੋ ਜੀ ਹਲੋ ਚਲੇ ਜਾ ਜਦੋਂ ਕਾਹਦੇ ਤੋਂ ਬਾਅਦ ਬੰਦ ਕਰੇ ਦਰਵਾਜ਼ਾ
ਆਰਡੀ ਸੀਲ ਲਾਓ ਇਹਦੇ ਬੰਦ ਕਰੋ भाई। ਮਹਿਰਬਾਨ ਸਾਹਿਬ ਕੁਝ ਮਿਹਰਬਾਨੀ ਕਰੋ ਜੇ ਇੱਥੇ ਅੱਗ ਲੱਗ ਜਾਏ ਥੱਲੇ ਉਤਰੋ ਕੋਈ ਫਿਰ ਕਹੋਗੇ ਡਿਪਾਰਟਮੈਂਟ ਸ਼ਰਮ ਕਰੋ ਯਾਰ ਕੋਈ ਥੋੜੀ ਬਹੁਤੀ ਸ਼ਰਮ ਹੋਣੀ ਚਾਹੀਦੀ ਤੁਹਾਨੂੰ ਚਾਰ ਪੈਸੇ ਸਾਰਾ ਪੰਜਾਬ This is not allowed. You will be tense or not? If you have to like this, I'll call you. Not one person will escape. Seal this. Anything in this town. File it all, sir. Okay. Or did he never have the people who are here? Maybe fine. Or did he do it? Chalo. पैसे वसूल करो इन्हों बंद कर दो ਕਿੱਥੇ
ਇੱਥੇ ਆ ਮਿਹਰਬਾਨ ਬਾਕੀ ਮਾਰਕੀਟ ਦੇ ਵਿੱਚ ਦਿਖਾ ਦਿਓ ਨਾ ਪਹਿਲਾਂ ਸਾਡਾ ਕਿਉਂ ਹੋਇਆ ਵੀ ਕੈਨ ਚੂਜ਼ ਟੂ ਹੋਇਆ ਅਸੀਂ ਬੀਜੇਪੀ ਵਾਲੇ ਹਾਂ ਇਸ ਤਰੀਕੇ ਦਾ ਹੋਣਾ ਵੋਟ ਕੀਤਾ ਹੁਣ ਉਸ ਨੂੰ ਵੀ ਸੈਟੀਸਫਾਈ ਕਰਾਂਗੇ ਡਾਕੂਮੈਂਟ ਦੇ ਕੋਲ ਸਾਰੇ ਹੈਗੇ ਆ ਸਾਡੇ ਤੇ 269 ਦਾ ਨੋਟਿਸ ਵੀ ਆਇਆ ਸੀਗਾ ਉਹ ਵੀ ਸਾਰਾ ਅਸੀਂ ਕਵਰ ਕੀਤਾ ਸਭ ਕਵਰ ਹੈਗਾ ਸਿੱਧੂ ਸਾਹਿਬ ਆਇਆ ਬਹੁਤ ਅੱਛੀ ਗੱਲ ਆ ਜਿਹੜਾ ਮਿਨਿਸਟਰ ਦਾ ਰਾਈਟ ਹੈ ਅਸੀਂ ਉਹਦਾ ਰਾਈਟ ਨਹੀਂ ਸੀ ਖੋ ਸਕਦੇ ਲੇਕਿਨ ਅਸੀਂ ਉਹਨਾਂ ਨੂੰ ਕਿਸੇ ਨੇ ਮਿਸਗਾਈਡ ਕੀਤਾ ਅਸੀਂ ਉਹਨੂੰ ਸੈਟੀਸਫਾਈ ਕਰਾਂਗੇ ਸਰ ਮੈਂ ਪੂਰਾ ਲੀਗਲੀ ਜਵਾਬ ਦਿਆਂਗਾ ਰਿਟਰਨ ਚ ਮੰਗੇ ਨਾ ਉਹਨਾਂ ਨੇ ਸਰ ਕਿੰਨੇ ਸਾਲ ਹੋ ਗਏ ਤੁਹਾਡੀ ਬਿਲਡਿੰਗ ਸਾਡੀ ਬਿਲਡਿੰਗ ਬਣੀ 1998 ਚ ਠੀਕ ਹੈ ਸਰ ਠੀਕ ਹੈ ਜੀ ਨਹੀਂ ਹੁਣ 20 ਸਾਲ ਬਾਅਦ ਫਿਰ ਉਹ ਯਾਦ ਆਇਆ 1998 ਤੋਂ ਹੁਣ ਤੱਕ ਕੋਈ ਨੋਟਿਸ ਆਇਆ ਤੁਹਾਨੂੰ ਜਿਹੜੇ ਆਏ ਸੀ ਉਹਦੇ ਕੰਪਰੋਮਾਈਜ਼ ਹੋ ਗਿਆ 269 ਦਾ ਨੋਟਿਸ ਕਦੋਂ ਆਇਆ ਸੀ ਇਹ ਹੁਣ ਤੱਕ ਕੋਈ 10 12 ਸਾਲ ਗੈਪ ਹੋ ਗਿਆ ਕੋਈ ਨੋਟਿਸ ਹੀ ਨਹੀਂ ਆਇਆ 12 ਸਾਲ ਤੋਂ ਸਾਡੇ ਕੋਲ ਐਨਓਸੀ ਐਨਓਸੀ 269 ਦਾ ਕੰਪਰੋਮਾਈਜ਼ ਹੋ ਗਿਆ ਕੰਪਰੋਮਾਈਜ਼ ਨਹੀਂ ਤੇ ਐਨਓਸੀ ਸਾਰਾ ਕੁਝ ਹੈਗਾ 269 ਮੈਂ ਆਪ ਐਡਵੋਕੇਟ ਹਾਂ ਭਾਈ 269 ਮੈਂ ਆਪ ਕਾਰਪੋਰੇਸ਼ਨ ਦਾ ਭਾਈ 269 ਦਾ ਸਰ ਨੋਟਿਸ ਕਿਉਂ ਆਇਆ ਸੀਗਾ ਭਾਈ ਨਾਮ ਕੀ ਹੈ 12 ਸਾਲ ਹੋ ਗਏ ਇਸ ਚੀਜ਼ ਨੂੰ ਤੁਹਾਡਾ ਸ਼ੁਭ ਨਾਮ ਤੁਹਾਡਾ ਨਾਮ ਕੀ ਹੈ ਜੋਤ ਸਿੰਘ ਐਡਵੋਕੇਟ ਹੈ ਓਕੇ ਤੁਹਾਡਾ ਹਿੱਟ 7 ਤੁਹਾਡਾ ਮੇਰਾ ਹੀ ਮੈਂ ਉਹਨਾਂ ਨਾਲ ਸਿੱਧੂ ਸਾਹਿਬ ਨੂੰ ਕਿਸੇ ਨੇ ਮਿਸਗਾਈਡ ਕੀਤਾ ਮੈਂ ਉਹਨਾਂ ਨੂੰ ਪੂਰਾ ਸੈਟੀਸਫਾਈ ਕੀਤਾ ਠੀਕ ਹੈ ਪੀਪਲ ਦੀ ਸਭ ਕੁਝ ਚੱਲਦਾ ਹੈ